ਸਾਸਰੀਕਾਲ ਜੀ ਅੱਜ ਅਸੀਂ ਗਏ ਸੀ ਬਾਹਰ ਘੁੰਮਣ ਦੇ ਲਈ ਅੱਜ ਤੁਹਾਨੂੰ ਸਿਟੀ ਦੇ ਬਾਹਰ ਦਾ ਥਿਊ ਦਿਖਾਉਣੇ ਆ ਜਿਵੇਂ ਕਿ ਮੇਰੇ ਨਾਲ ਮੇਰੇ ਦੋਸਤ ਵੀ ਸੀ ਅਸੀਂ ਅੱਜ ਸਾਰੇ ਘੁੰਮਣ ਗਏ ਸਿਟੀ ਦੇ ਵਿੱਚ ਅੱਜ ਫ੍ਰੀ ਸੀਗੇ ਮੈਂ ਕਿਹਾ ਚਲੋ ਅੱਜ ਸਾਰੇ ਘੁੰਮ ਫਿਰ ਕੇ ਆਉਣੇ ਆ ਤੇ ਜਿਸ ਰੂਟ ਤੇ ਅਸੀਂ ਜਾ ਰਹੇ ਸੀ ਬਸ ਬੈਠੇ ਬੈਠੇ ਪਲਾਨ ਬਣ ਗਿਆ ਕਿ ਅੱਜ ਅਸੀਂ ਕੁਝ ਡਿਫਰੈਂਟ ਜਿਹਾ ਦੇਖ ਕੇ ਆਉਣੇ ਆ ਸਿਟੀ ਦੇ ਅੰਦਰ ਜਦੋਂ ਗਏ ਅਸੀਂ ਤਾਂ ਬਹੁਤ ਜ਼ਿਆਦਾ ਲੋਕ ਫਿਰ ਰਹੇ ਸੀ ਘੁੰਮ ਰਹੇ ਸੀਗੇ ਤੇ ਅਸੀਂ ਆ ਜਿਹੜੇ ਏਰੀਆ ਦੇ ਵਿੱਚ ਹੁਣ ਪਹੁੰਚੇ ਆ ਇਹ ਤੁਹਾਨੂੰ ਦਿਖਾਵਾਂਗੇ ਕਿ ਜੋ ਸਾਹਮਣੇ ਦਰਖਤ ਲੱਗੇ ਹੋਏ ਆ ਪਲਾਂਟ ਲੱਗੇ ਹੋਏ ਆ ਇਹ ਬਹੁਤ ਹੀ ਵਧੀਆ ਇੱਥੋਂ ਦਾ ਵਿਊ ਹੈ ਕਿ ਜੇਕਰ ਤੁਸੀਂ ਇੱਥੇ ਸਿਆਲਾਂ ਦੇ ਵਿੱਚ ਜਾਉਂਗੇ ਜਿਵੇਂ ਕਹਿ ਲੋ ਕਿ ਜਦੋਂ ਸਿਆਲ ਸਟਾਰਟ ਹੁੰਦੇ ਆ ਜਿਹੜੇ ਰੁੱਖ ਸੁੱਕੇ ਹੋਏ ਤੁਹਾਨੂੰ ਲੱਗਦੇ ਆ ਇਹਨਾਂ ਦੇ ਉੱਪਰ ਬਹੁਤ ਹੀ ਸੋਹਣੇ ਫੁੱਲ ਲੱਗੇ ਹੁੰਦੇ ਆ ਤੇ ਜੇ ਤੁਸੀਂ ਇੱਥੇ ਗਰਮੀ ਦੇ ਵਿੱਚ ਜਾਉਂਗੇ ਤੇ ਇੱਥੇ ਬਿਲਕੁਲ ਤੁਹਾਨੂੰ ਗ੍ਰੀਨ ਹੀ ਗ੍ਰੀਨ ਦਿਸੂਗਾ ਕਿ ਬਹੁਤ ਹੀ ਸੋਹਣਾ ਵਿਊ ਹੈ ਇੱਥੇ ਸਪੈਸ਼ਲ ਲੋਕ ਸਿਰਫ ਫੋਟੋਆਂ ਵਗੈਰਾ ਕਰਨ ਆਉਂਦੇ ਆ ਜਿਵੇਂ ਕਿ ਨਾਲ-ਨਾਲ ਬੱਚਿਆਂ ਦੇ ਦੇਖਣ ਨੂੰ ਤੁਸੀਂ ਸਾਈਡ ਤੇ ਦੇਖੋਗੇ ਕਾਫੀ ਜਿਵੇਂ ਇਧਰਲੀ ਸਾਈਡ ਜੋ ਬੈਲਨ ਟਾਈਪ ਲਾਏ ਹੋਏ ਆ ਹਨ ਤੇ ਇਹ ਬੱਚਿਆਂ ਦੇ ਦੇਖਣ ਨੂੰ ਬੱਚਿਆਂ ਦੇ ਖੇਡਣ ਨੂੰ ਬਹੁਤ ਹੀ ਸੋਹਣੀਆਂ ਚੀਜ਼ਾਂ ਬਣਾਈਆਂ ਹੋਈਆਂ ਨਾਲ-ਨਾਲ ਇਹ ਨਾਲੇ ਕਿ ਜਿਹਦੇ ਨਾਲ ਜੋ ਲੋਕ ਆਉਣ ਇੱਥੇ ਤੇ ਉਹਨਾਂ ਦਾ ਕਾਫੀ ਜ਼ਿਆਦਾ ਇੰਟਰਸਟ ਬਣੇ ਤੇ ਪਰ ਬਹੁਤ ਸੋਹਣਾ 뷰 ਸੀਗਾ ਇੱਥੇ ਬਹੁਤ ਸੋਹਣਾ ਲੱਗਦਾ ਇਹ ਦੇਖਣ ਨੂੰ ਉਦੋਂ ਗਾਂ ਅਸੀਂ ਗਏ ਅੱਗੇ ਸਕੈਟ ਦਾ ਸਿਸਟਮ ਇਹਨਾਂ ਨੇ ਬਣਾਇਆ ਸੀ ਜੋ ਕਿ ਤੁਸੀਂ ਦੇਖਦੇ ਹੋ वैसे वी स्वीडन दी हॉकी आइस हॉकी बहुत फेमस है इसी तरह इथे जिवे स्केट करदे है ये सिर्फ आइस ते बणया हुया है कि इनादे जो ਥੱਲੇ ਸਿਸਟਮ ਆ ਕੋਈ आइस नु ਜਮਾਉਣ ਦੇ ਲਈ ਇਹਨਾਂ ਨੇ ਬਣਾਇਆ ਹੋਇਆ ਕਿ ਇਹ ਫ੍ਰੀ ਨਹੀਂਗਾ ਇਹਦੀ ਵੀ ਇਥੇ ਫੀਸ ਲੈਂਦੇ ਆ ਅਸੀਂ ਪੁੱਛਿਆ ਨਹੀਂ ਵੈਸੇ ਕਿੰਨੀ ਲੈਂਦੇ ਆ ਪਰ ਇਥੇ ਫੀਸ ਸੀਗੀ ਪਰ ਅਸੀਂ ਇਥੇ ਵੇਖਿਆ ਕਾਫੀ ਜਾਨੇ ਡਿੱਗ ਰਹੇ ਸੀ ਖੜ ਰਹੇ ਸੀਗੇ ਤੇ ਕਾਫੀ ਇੰਜੋਏਮੈਂਟ ਕਰ ਰਹੇ ਸੀ ਨਾਲ ਨਾਲ ਫੋਟੋਮਾ ਕਰ ਰਹੇ ਸੀ ਨਾਲ ਨਾਲ ਜਿਵੇਂ ਆ ਫੂਡ ਟਰੱਕ ਲੱਗੇ ਹੋਏ ਆ ਜਿਹੜੇ ਇਥੇ ਆਉਂਦੇ ਆ ਘੁੰਮਣ ਫਿਰਨਾ ਨਾਲ ਨਾਲ ਆਦਾ ਖਾ ਪੀ ਵੀ ਸਕਦੇ ਆ ਇਦਾਂ ਹੀ ਅਸੀਂ ਦੇਖਦੇ ਦੇਖਦੇ ਅੱਗੇ ਜਾ ਰਹੇ ਸੀਗੇ ਅੱਗੇ ਜਾਂਦਿਆਂ ਨੂੰ ਇਹ ਲੋਕ ਜਿਹੜੇ ਆ ਕਿ ਜਿਵੇਂ ਘੋੜਿਆਂ ਦੇ ਬਹੁਤ ਸ਼ਕੀਨ ਆ ਹਰ ਥਾਂ ਤੇ ਤੁਹਾਨੂੰ ਇੱਥੇ ਨਾ ਸਟੈਚੂ ਮੋਸਟਲੀ ਮਿਲਣਗੇ ਜਿੱਦਾ ਘੋੜਿਆਂ ਦੇ ਸ਼ੇਰਾਂ ਦੇ ਇੱਥੇ ਨੋਰਮਲ ਤੁਹਾਨੂੰ ਇਹੋ ਜਿਹੇ ਸਟੈਚੂ ਬਹੁਤ ਮਿਲਣਗੇ ਕਿਉਂਕਿ ਇੱਥੋਂ ਦੇ ਵੈਸੇ ਵੀ ਤੁਹਾਨੂੰ ਪਤਾ ਕਾਫੀ ਜਾਨਵਰ ਆ ਜਿਹੜੇ ਨਾ ਮੰਨੇ ਪਰਮਾਨੇ ਆ ਇਦਾਂ ਹੀ ਅਸੀਂ ਅੱਗੇ ਦੀ ਅੱਗੇ ਗਏ ਤਾਂ ਅੱਗੇ ਸਾਨੂੰ ਕਾਫੀ ਇਦਾਂ ਕਰੂਜ਼ ਦਿਸੇ ਅਸੀਂ ਕਿਾ ਚਲੋ ਕਰੂਜ਼ ਦੇ ਵਿੱਚ ਜਾ ਕੇ ਆਉਣੇ ਆ ਕਿ ਥੋੜਾ ਜਿਹਾ ਟਾਈਮ ਸਪੈਂਡ ਕਰਦੇ ਆ ਫਿਰ ਅਸੀਂ ਦੇਖਿਆ ਇੱਥੇ ਪਾਣੀ ਦੇ ਵਿੱਚ ਨਾ ਬਹੁਤ ਹੀ ਜ਼ਿਆਦਾ ਆਈਸ ਜੰਮੀ ਹੋਈ ਸੀਗੀ ਫਿਰ ਸਾਨੂੰ ਲੱਗਿਆ ਕਿ ਜੇਕਰ ਨੇੜੇ-ਨੇੜੇ ਇੰਨੀ ਆਈਸ ਆ ਅਸੀਂ ਕਰੂਜ਼ ਦੇ ਵਿੱਚ ਬੈਠਾਂਗੇ ਤਾਂ ਅਸੀਂ ਸਮੁੰਦਰ ਦੇ ਅੰਦਰ ਜਾਵਾਂਗੇ ਸਾਨੂੰ ਹੋਰ ਪਤਾ ਲੱਗੂਗਾ ਕਿ ਇੱਥੇ ਅੱਗੇ ਦੀ ਅੱਗੇ ਕਿੰਨੀ ਕ ਆਈਸ ਐ ਇਸ ਪਾਣੀ ਦੇ ਵਿੱਚ ਜੰਮੀ ਹੋਈ ਐ ਤਾਂ ਫਿਰ ਅਸੀਂ ਅੱਗੇ ਗਏ ਫਿਰ ਇੱਥੇ ਸਾਨੂੰ ਬਹੁਤ ਸੋਹਣਾ 뷰 ਲੱਗਿਆ ਤੁਸੀਂ ਉਹ ਸਾਹਮਣੇ ਦੇਖ ਰਹੇ ਹੋ ਜਿਹੜੇ ਹੋਟਲ ਬਣੇ ਹੋਏ ਐ ਇਹ ਕਾਫੀ ਲਗਜ਼ਰੀ ਹੋਟਲ ਐ ਕਿ ਜਿਵੇਂ ਕਹ ਲਉ ਕਿ ਇੱਥੋਂ ਦੇ ਬਹੁਤ ਮਹਿੰਗੇ ਹੋਟਲ ਐ ਸਾਰੇ ਆਹ ਅਸੀਂ ਇੱਦਾਂ ਹੀ ਨੇੜੇ-ਨੇੜੇ ਇੱਥੇ ਫੋਟੋਆਂ ਖਿੱਚਣ ਲਾਪੇ ਵੀਡੀਓ ਬਣਾਉਣ ਲਈ ਬਹੁਤ ਹੀ ਸੋਹਣੀ ਇਹ ਪਲੇਸ ਹੈਗੀ ਐ ਕਿ ਜੋ ਵੀ ਇੱਥੇ ਆਉਂਦਾ ਘੁੰਮਣ ਦੇ ਲਈ ਇਸ ਏਰੀਆ ਦੇ ਵਿੱਚ ਜ਼ਰੂਰ ਜਾਓ ਕਿਉਂਕਿ ਜਿਹੜੇ ਤੁਸੀਂ ਇੱਥੇ ਆਉਣੇ ਹੋ 15 ਦਿਨ ਲਈ ਜਾਂ ਮਹੀਨੇ ਦੇ ਲਈ ਆਪਾਂ ਮੋਸਟਲੀ ਇੱਥੇ ਟ੍ਰੇਨ ਦਾ ਜਾਂ ਕਾਸੀ ਦਾ ਕਾਰਡ ਤਾਂ ਬਣਾਉਣਾ ਹੀ ਆ ਹਨਾ ਟਿਕਟ ਵਗੈਰਾ ਖਰੀਦਦੇ ਆ ਉਹੀ ਕਾਰਡ ਜਿਹੜੇ ਆ ਟਿਕਟਾਂ ਇਹਨਾਂ 크ਰੂਜ਼ ਦੇ ਵਿੱਚ ਚੱਲਦੀ ਆ ਕਿ ਤੁਹਾਡਾ ਕੋਈ ਐਕਸਟਰਾ ਪੈਸਾ ਬਿਲਕੁਲ ਨਹੀਂ ਲੱਗਦਾਗਾ ਤੁਸੀਂ ਉਹਨਾਂ ਪੈਸਿਆਂ ਦੇ ਵਿੱਚ ਹੀ ਆਪਦੇ ਬਸੜ ਦੇ ਵਿੱਚ ਘੁੰਮ ਸਕਦੇ ਜਿਵੇਂ ਕਿ ਦੇਖੋ ਸਾਡੇ ਨਾਲ ਮੁੰਡੇ ਸੀ ਪੂਰਾ ਫੰਕਸ਼ਨ ਕਰ ਰਹੇ ਆ ਨਾਲ ਨਾਲ ਫੋਟੋਆਂ ਖਿੱਚ ਰਹੇ ਆ ਵੀਡੀਓ ਬਣਾ ਰਹੇ ਆ ਤੇ ਥੋੜਾ ਜਿਹਾ ਮੈਂ ਜਾਰੀ ਵੀ ਦੇਖ ਲਿਓ ਉੱਪਰ ਨੂੰ ਤੇ ਫਿਰ ਨਾਲ ਸਾਡੇ ਮੁੰਡੇ ਹੀ ਇਹਨਾਂ ਨੇ ਜਦੋਂ ਵੀਡੀਓ ਬਣਾਉਣੀਆ ਸ਼ੁਰੂ ਕੀਤੀਆਂ ਕਿਸੇ ਨੂੰ ਅੱਗੇ ਦੀ ਅੱਗੇ ਫਿਰ ਅਸੀਂ ਚੱਲੇ ਹਾਂ ਜਿਦਾਂ ਤੁਸੀਂ ਦੇਖ ਰਹੇ ਹੋ ਮੁੰਡੇ ਆਪਣੇ ਲੱਗੇ ਹੋਏ ਸਾਰੇ ਫੋਟੋਆਂ ਖਿੱਚਣ ਆ ਪੂਰੇ ਨਜ਼ਾਰੇ ਲੈ ਰਹੇ ਸੀ ਕਾਫੀ ਫੋਟੋ ਸ਼ੂਟ ਹੋਇਆ ਵਧੀਆ ਇਹ ਲੋਕੇਸ਼ਨ ਬਹੁਤ ਵਧੀਆ ਹੈ ਟੀ ਸੈਂਟਰਲ ਤੋਂ ਜਿੱਦਾਂ ਥੋੜਾ ਤੁਹਾਨੂੰ ਤੁਰਨਾ ਪਊਗਾ ਬਾਅਦ ਵਿੱਚ ਅਸੀਂ ਆਪਾਂ ਵੇਟ ਕਰ ਰਹੇ ਸੀ ਸਾਡੇ ਛਿੱਪ ਦਾ ਸਾਡਾ ਛਿੱਪ ਵੀ ਆ ਗਿਆ ਥੋੜੀ ਦੇਰ ਬਾਅਦ ਜਿੱਤੇ ਐਸ ਐਲ ਲਿਖਿਆ ਹੁੰਦਾ ਨਾ ਮੋਸਟਲੀ ਆਪਣੇ ਮੈਟਰੋ ਕਾਰਡ ਜਿਹੜੇ ਬੱਸ ਵਾਲੇ ਕਾਰਡ ਹੁੰਦੇ ਉਹ ਉਹ ਵਾਸਤੇ ਹੁੰਦਾ ਹੈ ਕਿਤੇ ਤੁਸੀਂ ਉੱਤੇ ਜਾ ਸਕਦੇ ਹੋ ਤੁਹਾਨੂੰ ਟਿਕਟ ਅਲੱਗ ਤੋਂ ਲੈਣ ਦੀ ਕੋਈ ਲੋੜ ਨਹੀਂ ਗਈ ਆ ਦੇਖੋ ਤੁਸੀਂ ਕਿਦਾਂ ਸਨੋ ਜੰਮੀ ਆ ਸਮੰਤ ਤੇ ਦੇਖ ਰਹੇ ਹੋ ਨਾ ਝੀਲ ਦੇ ਵਿੱਚ ਪੂਰਾ ਹੈ ਗੱਲਬਾਤ ਸੀ ਪੂਰੀ ਅਸੀਂ ਵੇਟ ਕਰ ਰਹੇ ਸੀ ਸਾਡਾ ਸ਼ਿਪ ਵੀ ਆ ਗਿਆ ਉਸ ਤੋਂ ਬਾਅਦ ਚ ਅਸੀਂ ਸਾਰੇ ਜਣੇ ਫਿਰ ਸ਼ਿਪ 'ਚ ਤੇ ਪਹਿਲਾਂ ਸਵਾਰੀਆਂ ਉਤਰ ਰਹੀਆਂ ਸੀ ਦੂਜੀਆਂ ਅਸੀਂ ਵੇਟ ਕਰ ਰਹੇ ਸੀ ਬਾਹਰ ਹੌਲੀ ਹੌਲੀ ਜਿੱਦਾਂ ਸਾਰੇ ਆਏ ਮੁੰਡਿਆ ਵੇ ਆਪਣਾ ਸਰਦਾਰ ਭਾਉ ਆ ਮੁੰਡਾ ਹਰਿਆਣਾ ਦਾ ਆਪਣੇ ਆ ਮੈਂ ਆ ਗਿਆ ਵਿੱਚ ਮੰਦੀਪ ਵੀ ਵੀਡੀਓ ਸ਼ੂਟ ਕਰ ਰਿਹਾ ਸੀ ਹਾਂਜੀ ਤੇ ਬਾਕੀ ਵਧੀਆ ਲੋਕੇਸ਼ਨ ਆ ਬਾਅਦ ਚ ਅਸੀਂ ਇੰਟਰ ਹੋ ਗਏ ਵਿੱਚ ਸ਼ਿਪ ਦੇ ਆ ਦੇਖੋ ਤੁਸੀਂ ਦੇਖ ਸਕਦੇ ਹੋ ਅਹੀਂ ਪਹਿਲੋਂ ਵੜ ਗਏ ਬਾਕੀ ਬਾਅਦ ਵੇਟ ਕਰ ਰਹੀ ਲੋਕ ਆ ਬੈਕ ਸਾਈਡ ਆ ਫਿਰ ਅਹੀਂ ਉੱਪਰ ਚੜ ਕੇ ਪੌੜੀਆਂ ਤੇ ਹਾਂਜੀ ਅਸੀਂ ਇਹਦੇ ਜਦੋਂ ਅੰਦਰ ਐਂਟਰ ਕੀਤੇ ਤੇ ਫਿਰ ਇਹ ਕਹਿੰਦੇ ਵੀ ਉੱਪਰ ਜਾ ਸਕਦੇ ਆ ਮੈਂ ਕਿਹਾ ਵੀ ਟਰਾਈ ਕਰੋ ਉੱਪਰ ਵੀ ਜ਼ਰੂਰ ਜਾਣਾ ਚਾਹੀਦਾ ਕਿਉਂਕਿ ਜਿਹੜਾ ਤੁਸੀਂ ਉੱਪਰ ਚੜ ਕੇ ਇਹਦੇ ਵਿਊ ਦੇਖ ਸਕਦੇ ਆ ਉਹ ਤੁਸੀਂ ਅੰਦਰ ਬੈਠ ਕੇ ਨਹੀਂ ਦੇ ਸਕਦੇ ਆਹੀਂ ਤੁਹਾਨੂੰ ਅਸੀਂ ਉੱਪਰ ਚੜੇ ਬਾਅਦ ਵਿੱਚ ਕਿਉਂਕਿ ਇਹ ਕਰੂਜ਼ ਸਾਨੂੰ ਪਹਿਲਾਂ ਨਹੀਂ ਸੀ ਪਤਾ ਇਹ ਕਾਫੀ ਲੌਂਗ ਟ੍ਰਿਪ ਤੇ ਜਾਣਾ ਸੀਗਾ ਕਿ ਮੋਸਟਲੀ ਜਦੋਂ ਇੱਥੇ ਲੋਕ ਇਹਦੇ ਵਿੱਚ ਚੜਦੇ ਆ ਤੇ ਉਹ ਉਹਨਾਂ ਦੇ ਨੇੜੇ-ਨੇੜੇ ਸਟਾਪ ਹੁੰਦੇ ਆ ਤੇ ਉਹ ਤਾਂ ਚੜ ਜਾਂਦੇ ਆ ਅਲੱਗ-ਅਲੱਗ ਇੱਥੇ ਇਹ ਕਰੂਜ਼ ਜੇ ਲੱਗੇ ਹੋਏ ਆ ਤੇ ਜਦੋਂ ਅਸੀਂ ਇਹਦੇ ਵਿੱਚ ਚੜੇ ਤੇ ਬਾਅਦ ਸਾਨੂੰ ਪਤਾ ਲੱਗਿਆ ਵੀ ਇਹਦਾ ਰਾਹ ਦੇ ਵਿੱਚ ਕੋਈ ਸਟਾਪ ਹੈ ਨਹੀਂਗਾ ਤੇ ਇਸੇ ਤਰ੍ਹਾਂ ਜਦੋਂ ਅਸੀਂ ਅੱਗੇ ਦੀ ਅੱਗੇ ਦੇਖਦੇ ਰਹੇ ਬਹੁਤ ਹੀ ਸੋਹਣਾ 뷰 ਸੀਗਾ ਤੇ ਫਿਰ ਅਸੀਂ ਦੇਖੋ ਇਹਦਰ ਝਾਰ ਵੀ ਰੇਸਾਂ ਮਾਰਦਾ ਧੂਆਂ ਛੜਦਾ ਤੇ ਦੇਖ ਰਹੇ ਹੋ ਤੁਸੀਂ ਬਹੁਤ ਸੋਹਣੀਆਂ ਬਿਲਡਿੰਗਾਂ ਇੱਥੇ ਫਿਰ ਕਾਫੀ ਅਸੀਂ ਵੀਡੀਓ ਸ਼ੂਟ ਸ਼ੂਟ ਕੀਤਾ ਉੱਥੇ ਵੀਡੀਓ ਬਣਾਈਆਂ ਨਾਲ ਪਾਣੀ ਦੇਖੋ ਜਦੋਂ ਜਲਦਾ ਸੀਗਾ ਤਾਂ ਸਾਨੂੰ ਪਤਾ ਲੱਗਦਾ ਸੀਗਾ ਵੀ ਥੱਲੇ ਬਰਫ਼ ਆ ਜਿਹੜੀ ਕਾਫੀ ਟੁੱਟ ਰਹੀ ਸੀਗੀ ਸਾਨੂੰ ਕਾਫੀ ਆਵਾਜ਼ ਆਉਂਦੀ ਸੀ ਉੱਪਰ ਬੈਠਿਆਂ ਨੂੰ ਵੀ ਕਿ ਜਿਹਦੇ ਨਾਲ ਸਾਨੂੰ ਲੱਗਦਾ ਸੀਗਾ ਵੀ ਕਾਫੀ ਡੇਂਜਰ ਵੀ ਹੈ ਕਿਉਂਕਿ ਫਿਰ ਬਾਅਦ ਵਿੱਚ ਜਦੋਂ ਉਹਨਾਂ ਘਰ ਥਾਂ ਸੀ ਜਿੱਥੇ ਬਹੁਤ ਜ਼ਿਆਦਾ ਬਰਫ਼ ਜੰਮੀ ਹੋਈ ਸੀ ਜਦੋਂ ਉਹਦੇ ਅੱਗੇ ਲੰਘ ਗਿਆ ਜਲ ਤਾਂ ਬਾਅਦ ਵਿੱਚ ਸਾਨੂੰ ਇੰਨਾ ਫੀਲ ਨਹੀਂ ਹੋਇਆ ਕਿ ਅੱਗੇ ਕਿਉਂਕਿ ਨਾਰਮਲ ਪਾਣੀ ਆ ਗਿਆ ਤੇ ਇਸੇ ਤਰ੍ਹਾਂ ਹੁਣ ਅੱਗੇ ਵੀ ਤੁਸੀਂ ਦੇਖੋ ਉਧਰੋਂ ਦੂਸਰਾ ਆ ਰਿਹਾ ਜਿਹੜਾ ਜਾ ਰਿਹਾ ਸ਼ਿਪ ਹੈਗਾ ਇਹ ਸਵਾਰੀਆਂ ਵਾਲੇ ਆ ਸਾਰੇ ਇਹ ਇਧਰੋਂ ਦੂਸਰੇ ੱਡੇ ਤੇ ਦੂਸਰੇ ਇਹ ਸਿਰਫ ਇਸ ਜਿਵੇਂ ਕਹ ਲੋ ਟ੍ਰੇਨ ਦਾ ਕੰਮ ਕਰਦੇ ਆ ਇਹ ਟ੍ਰੇਨ ਵਾਲੇ ਜਿਹੜੇ ਲੋਕ ਜਿਹੜੇ ਆਸੇ ਪਾਸੇ ਨੇੜੇ ਨੇੜੇ ਪਾਣੀ ਦੇ ਅੰਦਰ ਬਣੇ ਹੋਏ ਘਰ ਉੱਥੇ ਰਹਿੰਦੇ ਆ ਉਥੋਂ ਲੋਕ ਆਉਂਦੇ ਜਾਂਦੇ ਇਸੇ ਤਰ੍ਹਾਂ ਆਹ ਜਿੱਦਾਂ ਚੰਡੋਲਾ ਵਗੈਰਾ ਲੱਗੀਆਂ ਹੋਈਆਂ ਇੱਥੇ ਸਿਰਫ ਇਹ ਮੁੰਲਾ ਦਾ ਗਰਮੀਆਂ ਦੇ ਵਿੱਚ ਚੱਲਦੇ ਆ ਕਿਉਂਕਿ ਅਸੀਂ ਜਦੋਂ ਇੱਥੇ ਗਏ ਸੀ ਤਾਂ ਇੱਥੇ ਲੋਕ ਹੈ ਨਹੀਂ ਸੀਗੇ ਕਿਉਂਕਿ ਉਹਦੇ ਬੰਦ ਪਿਆ ਹੋਇਆ ਸੀਗਾ ਫਿਰ ਬਾਅਦ ਵਿੱਚ ਅਸੀਂ ਗਏ ਤੇ ਇੱਥੇ ਹੀ ਘੁੰਮਣ ਸੀਗੇ ਬਾਅਦ ਵਿੱਚ ਅਸੀਂ ਸੋਚਿਆ ਕਿ ਸ਼ਾਇਦ ਇਹ ਸਿਆਲਾਂ ਦੇ ਵਿੱਚ ਨਾ ਚੱਲਦਾ ਹੋਵੇ ਤਾਂ ਬਾਅਦ ਵਿੱਚ ਅਸੀਂ ਚਲੋ ਨਿਰਾਸ਼ਤਾ ਨਹੀਂ ਹੋਏ ਪਰ ਸਾਨੂੰ ਜਦੋਂ ਉਹਨਾਂ ਨੇ ਦੱਸਿਆ ਵੀ ਇਹ ਸਿਆਲਾਂ ਦੇ ਵਿੱਚ ਬੰਦ ਹੁੰਦਾ ਇਹਨੂੰ ਗਰਮੀਆਂ ਦੇ ਵਿੱਚ ਯੂਜ਼ ਕੀਤਾ ਜਾਂਦਾ ਫਿਰ ਅਸੀਂ ਕਿਹਾ ਵੀ ਚਲੋ ਇਸੇ ਤਰ੍ਹਾਂ ਅਸੀਂ ਫਿਰ ਸ਼ਿਪ ਦੇ ਵਿੱਚ ਚੜ ਗਏ ਫਿਰ ਅਸੀਂ ਕਿਹਾ ਚਲੋ ਅੱਗੇ ਦੀ ਅੱਗੇ ਘੁੰਮਦੇ ਆਂ ਨਾਲ ਸਾਡੇ ਬੰਦੇ ਆਹਾ ਵੇਖੋ ਵੀਡੀਆ ਵੀਡੀਓ ਵੀਡੀਓ ਬਣਾ ਰਹੇ ਆ ਪੂਰੀਆਂ ਹੈ ਤੇ ਵੀਡੀਓ ਬਣਾਉਂਦੇ ਬਣਾਉਂਦੇ ਸਾਨੂੰ ਪਤਾ ਨਹੀਂ ਲੱਗਿਆ ਸੀ ਕਦੋਂ ਅਗਲੇ ਸਟਾਪ ਤੇ ਪਹੁੰਚਦੇ ਨੇੜੇ ਪਹੁੰਚ ਚਲੇ ਸੀਗੇ ਤੇ ਬਾਅਦ ਵਿੱਚ ਫਿਰ ਕਾਫੀ ਜ਼ਿਆਦਾ ਸਾਡੇ ਹੱਥ ਪੈਰ ਠਰ ਗਏ ਹੱਥ ਕਿ ਨੀਲੇ ਹੋ ਗਏ ਯਾਰ ਮੇਰੇ ਠੰਡ ਕਾਫੀ ਲੱਗੰਦੀ ਸੀ ਪਰ ਹਵਾ ਬਹੁਤ ਚੱਲਦੀ ਹੈਗੀ ਅਸੀਂ ਸੋਚਿਆ ਚੱਲ ਉੱਪਰ ਬੈੰਨੇ ਆ ਕਿ ਮਤਲਬ ਸਾਨੂੰ ਵਿਊ ਵਧਿਆ ਆਊਗਾ ਪਰ ਬਾਹਰ ਠੰਡ ਕਾਫੀ ਸੀਗੀ ਲੰਮ ਸਮ ਬਾਹਰ ਉਹਦਾ ਮੋਸਟਲੀ 4-5 ਪੰਜ ਟੈਂਪਰੇਚਰ ਤੇ ਪਰ ਹਵਾ ਦੇ ਕਰਕੇ ਜ਼ਾਈ ਠੰਡ ਲੱਗਦੀ ਹੈਗੀ ਤੇ ਫੋਟੋਆਂ ਸ਼ੂਟ ਕਰਦੇ ਨਾ ਹੱਥ ਅੰਦਰ ਨਹੀਂ ਪਾ ਸਕਦੇ ਹੈਗੇ ਮਤਲਬ ਹੱਥ ਬਾਹਰ ਰੱਖਣੇ ਪੈਂਦੇ ਹੈਗੇ ਹੱਥ ਤੇ ਸੁਣੋ ਗਈ ਸਾਡੇ ਹਾਂਜੀ ਇਹਨਾਂ ਦੇ ਜਦੋਂ ਹੱਥ ਨੀਲੇ ਹੋ ਗਏ ਤੇ ਬਾਅਦ ਵਿੱਚ ਅੱਗੇ ਜਦੋਂ ਇਹਨਾਂ ਨੂੰ ਦਿਖਾਇਆ ਕਿ ਆ ਜਿਹੜਾ ਇੱਕ ਸਾਹਮਣੇ ਵਿਕਿੰਗ ਲਾਈਨ ਦਾ ਜੀ ਕਰੂਜ਼ ਖੜਿਆ ਹੋਇਆ ਇਹ ਅੱਗੇ ਇੱਥੋਂ ਆਪਾਂ ਫਿਨਲੈਂਡ ਜਾਣਾ ਹੋਵੇ ਤਾਂ ਇਹਦੇ ਤੇ ਵੀ ਜਾ ਸਕਦੇ ਆ ਤੇ ਜਿਹੜਾ ਸਾਈਡ ਤੇ ਜੋ ਰੈੱਡ ਕਲਰ ਦਾ ਇਹ ਕਰੂਜ਼ ਖੜਾ ਹੋਇਆ ਹੈ ਇਹ ਇੱਥੋਂ ਜਿੰਨੇ ਵੀ ਲੋਕ ਘੁੰਮਣ ਦਾ ਸ਼ੌਂਕ ਰਤ ਜਾਂ ਵੈਸੇ ਵੀ ਆਪਣੇ ਲਈ ਤੇ ਚਲੋ ਘੁੰਮਣ ਲਈ ਆ ਹਨਾ ਆਪਾਂ ਨੂੰ ਲੱਗਦਾ ਪਰ ਜ਼ਿਆਦਾਤਰ ਇੱਥੇ ਲੋਕ ਟਰੈਵਲ ਵੀ ਕਰਦੇ ਆ ਜਿਹੜੇ ਲੋਕ ਬਾਈ 에ਅਰ ਜਾਂਦੇ ਆ ਕਈ ਬਾਈ ਸ਼ਿਪ ਵੀ ਜਾਂਦੇ ਆ ਤਾਂ ਇਹ ਜਿਹੜਾ ਵਿਕੀਨ ਲਾਈਨ ਦਾ ਇਹ ਹੈਗਾ ਫਿਨਲੈਂਡ ਨੂੰ ਜਾਣ ਲਈ ਆ ਬਹੁਤ ਇੱਥੋਂ ਜਿਹਦਾ ਨਾਰਵੇ ਨੂੰ ਵੀ ਜਾਂਦੇ ਆ ਇੱਥੋਂ ਇੱਥੇ ਹੀ ਸਾਰੇ ਕਰੂਜ਼ ਅੱਗੇ ਦੀ ਅੱਗੇ ਜਾਂਦੇ ਆ ਪਰ ਜਿਹੜੇ ਤੇ ਅਸੀਂ ਜਾ ਰਹੇ ਆ ਇਹ ਸੀਗਾ ਲੋਕਲ ਜਸਟਿਕ ਆਪਦੇ ਇੰਜੋਏਮੈਂਟ ਵਾਸਤੇ ਕਿ ਤੁਸੀਂ ਜਿਹਦਾ ਫ੍ਰੀ ਟਾਈਮ ਦੇ ਵਿੱਚ ਤੁਸੀਂ ਉੱਥੇ ਘੁੰਮ ਸਕਦੇ ਆ ਤਾਂ ਜਿਹੜਾ ਤੁਸੀਂ ਆ ਸਾਹਮਣੇ ਦੇਖ ਰਹੇ ਹੋ ਇਹ ਵੀ ਬਹੁਤ ਸੋਹਣਾ ਉਹ ਸਟਾਰਟ ਹੀ ਖੜਾ ਉਹਦਾ ਦੇਖੋ ਧੂਆ ਨਿਕਲ ਰਿਹਾ ਪੂਰਾ ਹਨਾ ਇਹ ਆਪਾਂ ਨੂੰ ਇੰਨੀ ਨੌਲੇਜ ਤਾਂ ਹੈ ਨਹੀਂ ਵੀ ਇਹ ਸ਼ਾਇਦ ਬੰਦ ਵੀ ਕਰਦੇ ਹੋਣਗੇ ਪਰ ਉਸ ਟਾਈਮ ਇਹ ਸਟਾਰਟ ਹੀ ਖੜੇ ਸੀਗੇ ਦੇਖੋ ਜਿੱਦਾਂ ਪੂਰਾ ਪਾਣੀ ਪਾਰਦਾ ਜਾਂਦਾ ਜਿਵੇਂ ਜਿਵੇਂ ਅੱਗੇ-ਅੱਗੇ ਸਾਡਾ ਸ਼ਿਪ ਚੱਲ ਰਿਹਾ ਵਧ ਰਿਹਾ ਤੇ ਵੈਸੇ ਬਰਫ਼ ਇੱਥੇ ਕਾਫੀ ਹਸਕ ਹੁਣੀ ਹੈ ਨਾ ਪਹਿਲਾਂ ਹਟਾਈ ਹੁਣੀ ਚੋਂ ਹਾਂ ਹਾਂ ਬਰਫ਼ ਜਿਹੜੀ ਲੱਗ ਰਿਆ ਸੀ ਆਪਾਂ ਨੂੰ ਵੀ ਜਿਵੇਂ ਜਦੋਂ ਜਾ ਰਿਆ ਸੀ ਸਿਪ ਤੇ ਉਹ ਥੱਲੇ ਆਵਾਜ਼ ਆਉਂਦੀ ਸੀ ਕਰ ਕਰਦੀ ਹੈ ਨਾ ਤੇ ਉਹ ਲੱਗ ਰਿਆ ਸੀਗਾ ਕਿ ਥੱਲੇ ਕਾਫੀ ਬਰਫ਼ ਜੰਮੀ ਹੋਈ ਆ ਪਰ ਸ਼ਾਇਦ ਪਾਣੀ ਕਿਉਂਕਿ ਜਦੋਂ ਕਹਿੰਦੇ ਹੁੰਦੇ ਨੇ ਨਾ ਕਿ ਬਰਫ਼ ਜੰਮਦੀ ਆ ਉਹਦੇ ਨਾਲ ਪਾਣੀ ਵੀ ਸੰਘਣਾ ਹੋਣ ਲੱਗ ਪੈਂਦਾ ਹੈ ਸੰਘਣਾ ਹੁੰਦਾ ਤੇ ਉਹਦੇ ਨਾਲ ਫਿਰ ਉਹ ਜਿਹੜਾ ਸ਼ਿਪ ਸੀ ਉਹਦਾ ਵੀ ਜ਼ੋਰ ਲੱਗਦਾ ਹੈ ਜ਼ੋਰ ਤੇ ਇਸੇ ਤਰ੍ਹਾਂ ਪਰ ਜਦੋਂ ਅਸੀਂ ਅੱਗੇ ਜਾ ਰਹੇ ਬੰਦੇ ਸਾਡੇ ਠਰ ਗਏ ਬਾਹਰ ਠੰਡ ਬਹੁਤ ਸੀਗੀ ਫਿਰ ਕਹਿੰਦੇ ਵੀ ਚਲੋ 15-20 ਮਿੰਟ ਪਰ ਥੱਲੇ ਬੈੰਨੇ ਆ ਕਿਉਂਕਿ ਅੰਦਰ ਇਹਨਾਂ ਨੇ ਬਹੁਤ ਹੀ ਜ਼ਿਆਦਾ ਹੀਟ ਤੇ ਛੱਡੇ ਹੋਏ ਸੀਗੇ ਆਪਣੇ ਹੀਟਰ ਕਿ ਜਿੰਨਾ ਕਰਕੇ ਬਿਲਕੁਲ ਵੀ ਅੰਦਰ ਤਾਂ ਚਲੋ ਠੰਡ ਲੱਗ ਹੀ ਨਹੀਂ ਸੀ ਰਹੀ ਸੀ ਏਸੀ ਉੱਥੋਂ ਬਾਹਰ ਦਾ ਵਿਊ ਜੀ ਦੇਖੋਗੇ ਬਾਹਰ ਬਹੁਤ ਹੀ ਜ਼ਿਆਦਾ ਫਿਰ ਵੀ ਇੰਨੀ ਠੰਡ ਦੇ ਵਿੱਚ ਵੀ ਜਿਹੜੇ ਬਾਹਰ ਜੰਗਲ ਸੀਗਾ ਕਾਫੀ ਗ੍ਰੀਨਰੀ ਸੀਗੀ ਬਾਹਰ ਤੁਹਾਨੂੰ ਦਿਖਾਉਣੇ ਜਿਵੇਂ ਜਿਵੇਂ ਅਸੀਂ ਇੱਕ ਗਏ ਨਾਲ ਸਾਈਡਾਂ ਤੇ ਵੀ ਅਸੀਂ ਕੋਸ਼ਿਸ਼ ਕੀਤੀ ਵੀ ਸਾਈਡਾਂ ਤੇ ਵੀ ਥੋੜੀ-ਬੋਦੀ ਵੀਡੀਓ ਬਣਾਈ ਜਾਵੇ ਅੰਦਰ ਬੈਠ ਕੇ ਵੀ ਨਾਲ ਆ ਪਾਣੀ ਦੀ ਤੁਸੀਂ ਦੇਖੋ ਕਿ ਦਸਮੁੰਦਰ ਫਿਰ ਅਸੀਂ ਜਦੋਂ ਮੈਨੂੰ ਵਾਪਸ ਆ ਰਹੇ ਸੀ ਅਸੀਂ ਉਧਰੋਂ ਤਾਂ ਫਿਰ ਇਹ ਝੂਲਿਆਂ ਦੇ ਕੋਲ ਦੀ ਪਹੁੰਚੇ ਕਿਉਂਕਿ ਜਦੋਂ ਅਸੀਂ ਵਾਪਸ ਆਏ ਤਾਂ ਇਹ ਕਾਫੀ ਜ਼ਿਆਦਾ ਸਟਾਪ ਸੀਗੇ ਇਹਦੇ ਕਿ ਇਹ ਰੁਕਦਾ ਆਇਆ ਕਿਉਂਕਿ ਚਾਰ-ਪੰਜ ਵਾਰੀ ਰੁਕਿਆ ਮੈਨੂੰ ਰਾਤ ਦੇ ਵਿੱਚ ਜਾਂਦੇ ਹੋਏ ਨਹੀਂ ਰੁਕਿਆ ਸੀ ਨਾ ਹਾਂਜੀ ਜਾਂਦੇ ਹੋਏ ਨਹੀਂ ਰੁਕਿਆ ਸੀ ਕਿਉਂਕਿ ਜਾਂਦੇ ਹੋਏ ਕੋਈ ਡਾਇਰੈਕਟ ਹੀ ਸੀਗਾ ਇਹ ਆਉਂਦੇ ਹੋਏ ਤਿੰਨ-ਚਾਰ ਸਟਾਪ ਇਹਦੇ ਹੈਗੇ ਸੀਗੇ ਤਾਂ ਇਸੇ ਤਰ੍ਹਾਂ ਸੀ ਘੁੰਮਦੇ ਘਮਾਉਂਦੇ ਫਿਰ ਵਾਪਸ ਨੂੰ ਚਾਲੇ ਪਾਏ ਤੇ ਹੁਣ ਸਾਡੇ ਵਿੱਚ ਬਹੁਤ ਵਧੀਆ ਲੱਗਿਆ ਆਪਾਂ ਘੁੰਮ ਕੇ ਆਏ ਆਪਾਂ ਸਾਰੇ ਪ੍ਰਾ ਇਕੱਠੇ ਹੋ ਗਏ ਬੜਾ ਸਵਾਦ ਆਇਆ ਅੱਜ ਘੁੰਮ ਕੇ 크ਰੂਜ਼ ਦੇ ਉੱਤੇ ਐਨੀ ਵਧੀਆ-ਵਧੀਆ ਲੋਕੇਸ਼ਨ ਆਪਾਂ ਨੂੰ ਵੇਖਣ ਨੂੰ ਮਿਲੀ ਹੁਣ ਤੁਸੀਂ ਦੇਖ ਹੀ ਰਹੇ ਹੋ ਜਿਵੇਂ ਆਪਾਂ ਚੰਡੋਲ ਕੋਲੇ ਆ ਗਏ ਹੁਣ ਇਸ ਟਾਈਮ ਇਹ ਬੰਦ ਸੀਗੇ ਜੇ ਸਟਾਰਟ ਹੁੰਦੇ ਤਾਂ ਜ਼ਰੂਰ ਆਪਾਂ ਇਹਨਾਂ ਦਾ ਵੀ ਸਵਾਦ ਲੈ ਕੇ ਆਉਂਦੇ ਪਰ ਇਸ ਟਾਈਮ ਇਹ ਬੰਦ ਸੀਗੇ ਕੋਈ ਨਾ ਫੇਰ ਕਦੇ ਆਵਾਂਗੇ ਛੁੱਟੀਆਂ ਤੇ ਤੇ ਵੇਖੀ ਜਾ ਰਹੇ ਤੁਸੀਂ ਕਿੰਨਾ ਸਵਾਦ ਲੈ ਰਹੇ ਫਨ ਮਜ਼ਾ ਆ ਰਿਹਾ ਪੂਰਾ ਹੱਸ ਰਹੇ ਹੈ ਇਹੀ ਬੰਦਾ ਹੱਸ ਰਿਹਾ ਇਹਨੂੰ ਜਿਆਦਾ ਸਵਾਦ ਆ ਰਿਹਾ ਸਵਾਦ ਹੀ ਲੈਣਗੇ ਤੇ ਵੀਰੇ ਬਿਲਕੁਲ ਤਾਂ ਇਸੇ ਤਰ੍ਹਾਂ ਦੇਖੋ ਇਹ ਇਸੇ ਤਰ੍ਹਾਂ ਇੰਪ੍ਰੈਸ਼ਨ ਹਰੇਕ ਬੰਦਾ ਆਵੇ ਤੇ ਬਹੁਤ ਵਧੀਆ ਜਿਵੇਂ ਹੁਣ ਆ ਦੇਖੋ ਤੁਹਾਨੂੰ ਬਾਹਰ ਦਾ ਥਿਊ ਦਿਖਾਉਣੇ ਆ ਇਹ ਸਾਰਾ ਸਿਟੀ ਦੇ ਨੇੜੇ ਨੇੜੇ ਚਿੰਗੀਆਂ ਵੀ ਬਿਲਡਿੰਗਾਂ ਸੋ ਬਿਊਟੀਫੁਲ ਤੇ ਤੁਹਾਨੂੰ ਵੀ ਬਹੁਤ ਵਧੀਆ ਲੱਗੂਗਾ ਇਹ ਜੋ ਅਸੀਂ ਤੁਹਾਨੂੰ ਦਿਖਾ ਰਹੇ ਹਾਂ 스ਵੇਡਨ ਦਾ ਸਟਾਕਹੋਮ ਸ਼ਹਿਰ ਹੈ ਕਿ ਅਸੀਂ ਮੇਨ ਸੈਂਟਰ ਸੀਗਾ ਜਿੱਥੋਂ ਅਸੀਂ ਕਰੂਜ਼ ਲਿਆ ਸੀਗਾ ਤੇ ਤੁਸੀਂ ਦੇਖੋ ਕਿਦਾ ਪਾਣੀ ਜੰਮਿਆ ਹੋਇਆ ਪੂਰਾ ਤੁਸੀਂ ਇਹ ਸੋਚੋ ਕਿ ਜਿਹੜਾ ਜਿੱਥੋਂ ਦੇ ਇਹਨੇ ਪਾਣੀ ਜੰਮੇ ਹੋਏ ਇਹ ਤਾਂ ਹਜੇ ਘਟ ਗਿਆ ਇਸ ਟਾਈਮ ਉੱਥੇ 5 5 6 ਟੈਂਪਰੇਚਰ ਸੀਗਾ ਅੱਜ ਤੇ ਇਹ ਘਟਿਆ ਹੋਇਆ ਤੇ ਦੇਖੋ ਕਿ ਜਦੋਂ -20 ਜਾਂ -25 30 ਟੈਂਪਰੇਚਰ ਹੁੰਦਾ ਉਦੋਂ ਕਿੰਨਾ ਪਾਣੀ ਜੰਮਿਆ ਹੋਊਗਾ ਇਸੇ ਤਰ੍ਹਾਂ ਅਸੀਂ ਘੁੰਮਦੇ ਹੁਣ ਪਹੁੰਚ ਗਏ ਸਿਟੀ ਦੇ ਵਿੱਚ ਦੁਬਾਰਾ ਫਿਰ ਅਸੀਂ ਵਾਪਸ ਆ ਗਏ ਉਹਨਾਂ ਨੇ ਸਾਡੇ ਉਤਰਨ ਦੇ ਲਈ ਲਾਇਆ ਸਟੈਂਡ ਤੇ ਅਸੀਂ ਫਿਰ ਇਹ ਮਿਲਦਾ ਸਾ ਕੋਸ਼ਿਸ਼ ਜਿਵੇਂ ਇੱਕ ਰੂਜ਼ ਆ ਇਹਨੂੰ ਨਾਲ ਚਾਰਜਿੰਗ ਕੇਬਲ ਵੀ ਉਹਨਾਂ ਨੇ ਲਾ ਲਾਰੇ ਆ ਮੈਨੂੰ ਲੱਗਦਾ ਅੱਧੇ ਘੰਟੇ ਦੀ ਰਾਈਡ ਸੀਗੀ ਆਪਣੀ ਜਿਆਦਾ ਸੀ ਜਿਆਦਾ ਘੰਟੇ ਦੀ 1 ਘੰਟੇ ਦੀ ਆ ਅੱਧਾ ਘੰਟਾ ਜਾਂ ਨੂੰ ਅੱਧਾ ਘੰਟਾ ਨੂੰ ਘੰਟੇ ਦੀ ਰਾਈਡ ਸੀਗੀ ਜੂ ਜਿਆਦੀ ਠੰਡ ਹੋ ਜਾਂਦੀ ਆ ਫੇਰ ਉਦੋਂ ਡੇਲੀ ਬਰਫ਼ ਜੰਮਦੀ ਆ ਪਾਣੀ ਜੰਮ ਜਾਂਦਾ ਉੱਪਰ ਦਾ ਉਹ ਜੰਮੇ ਹੀ ਰਹਿੰਦਾ ਨਾ ਫਿਰ ਜਿਵੇਂ ਹੁਣ ਆਪਾਂ ਦੇਖ ਰਹੇ ਹਾਂ ਹੁਣ ਦੇਖੋ ਹੁਣ ਜੇ ਰੋਜ਼ ਉਦੋਂ ਠੰਡ ਹੁੰਦੀ ਸੀ ਤਾਂ -25 -30 ਟੈਂਪਰੇਚਰ ਰਹਿੰਦਾ ਹੀ ਉਦੋਂ ਇਹ ਖੁਰਦੀ ਨਹੀਂ ਬਰ ਮੋਸਟਲੀ ਮੈਨੂੰ ਲੱਗਦਾ ਜੰਮੀ ਰਹਿੰਦੀ ਹੋਣੀ ਫਿਰ ਉਹ ਡੇਲੀ ਤੋੜਦੇ ਹੋਣਗੇ ਤੁਸੀਂ ਆ ਦੇਖੋ ਕਿ ਜਿੱਦਾਂ ਸਾਹਮਣੇ ਬਿਲਡਿੰਗ ਹੈ ਇਹ ਬਹੁਤ ਹੀ ਸੋਹਣਾ ਬਿਊ ਹੈ ਆ ਬਿਲਡਿੰਗ ਦਾ ਇਹ ਇੱਦਾਂ ਲੱਗ ਰਿਹਾ ਜਿੱਦਾਂ ਕਿਸੇ ਰਾਜੇ ਦੇ ਮਹਿਲ ਹੁੰਦੇ ਆ ਪਰ ਇਹ ਲੋਕਾਂ ਦੇ ਆਮ ਰਹਿਣ ਦੀ ਜਗ੍ਹਾ ਹੈ ਇਹ ਸਾਰੇ ਇੱਥੇ ਘਰ ਆ ਜਿੰਨੇ ਵੀ ਬਣੇ ਹੋਏ ਆ ਇਹਨਾਂ ਘਰਾਂ ਦੇ ਵਿੱਚ ਆਮ ਲੋਕ ਜਿਵੇਂ ਰੈਂਟ ਤੇ ਜਾਂ ਇਦਾਂ ਹੀ ਲੋਕ ਨਾਰਮਲ ਰਹਿੰਦੇ ਆ ਪਰ ਦੇਖਣ ਨੂੰ ਲੱਗ ਰਿਹਾ ਕਿ ਇਹ ਪਤਾ ਨਹੀਂ ਕਿੰਦਾ ਦੀ ਬਿਲਡਿੰਗ ਆ ਜਾਂ ਬਹੁਤ ਸੋਹਣੀਆ ਬਿਲਡਿੰਗਾਂ ਲੱਗਦੀਆਂ ਦੇਖਣ ਨੂੰ ਵੀ ਇਹ ਤੇ ਬਾਅਦ ਵਿੱਚ ਸਾਡੇ ਬੰਦੇ ਕਹਿੰਦੇ ਕਿ ਹੁਣ ਲੱਗੀ ਆ ਭੁੱਖ ਤੇ ਹੁਣ ਅਸੀਂ ਥੋੜਾ ਜਿਹਾ ਖਾਣ ਪੀਣ ਨੂੰ ਬਾਹਰ ਅੰਦਰ ਆਏ ਤੇ ਹੁਣ ਅਸੀਂ ਜਾ ਰਹੇ ਹਾਂ ਕੋਈ ਰੈਸਟੋਰੈਂਟ ਲੱਭਣ ਲਈ ਤੇ ਰੈਸਟੋਰੈਂਟ ਤੇ ਆਈਗੇ ਚਲੋ ਕੁਝ ਖਾਣੇ ਆ ਕਿਉਂਕਿ ਅਸੀਂ ਮੈਨ ਲੱਗਾ ਹਾਂਜੀ ਪਹੁੰਚ ਗਏ ਸੀ ਅਸੀਂ ਹੁਣ ਤੇ ਅਸੀਂ ਕਿਹਾ ਵੀ ਚਲੋ ਕੁਝ ਖਾਣੇ ਪੀਣੇ ਆ ਤੇ ਸਾਡੇ ਬੰਦੇ ਕਾਫੀ ਭੁੱਖ ਨਾਲ ਕਹਿ ਰਹੇ ਸੀ ਕਿਉਂਕਿ ਅਸੀਂ ਨਾ ਗਲਤੀ ਕੀਤੀ ਪਾਣੀ ਵਗੈਰਾ ਵੀ ਨਾਲ ਨਹੀਂ ਸੀ ਲੈ ਕਿਉਂਕਿ ਇੱਕ ਜ਼ਰੂਰ ਧਿਆਨ ਰੱਖੋ ਜੀ ਕਿ ਜਦੋਂ ਤੁਸੀਂ ਬਾਹਰ ਘੁੰਮਣ ਜਾਣੇ ਹੋ ਨਾ ਠੰਡ ਦੇ ਵਿੱਚ ਤੁਹਾਡੇ ਕੋਲੇ ਪਾਣੀ ਜ਼ਰੂਰ ਹੋਣਾ ਚਾਹੀਦਾ ਕਿਉਂਕਿ ਜੇ ਤੁਹਾਡੇ ਕੋਲੇ ਪਾਣੀ ਹੈ ਨਹੀਂ ਕਿਉਂਕਿ ਠੰਡ ਦੇ ਨਾਲ ਮੂੰਹ ਬਹੁਤ ਸੁੱਕਦਾ ਫਿਰ ਤੁਹਾਡੇ ਜਿੱਦਾਂ ਲਿਪਸ ਵਗੈਰਾ ਇਹ ਖਰਾਬ ਹੋਣ ਦਾ ਡਰ ਹੁੰਦਾ ਕਿਉਂਕਿ ਮੂੰਹ ਬਹੁਤ ਜ਼ਿਆਦਾ ਸੁੱਕਦਾ ਕਿਉਂਕਿ ਆਪਣੇ ਅੰਦਰ ਪਾਣੀ ਦੀ ਕਮੀ ਆ ਜਾਂਦੀ ਹੈ ਤਾਂ ਇਸੇ ਤਰ੍ਹਾਂ ਸਾਡੇ ਕੋਲ ਇੱਥੇ ਮੈਕਸ ਪਹੁੰਚੇ ਅਸੀਂ ਮੈਕਸ ਦੇ ਵਿੱਚ ਇੱਥੇ ਕਾਫੀ ਜ਼ਿਆਦਾ ਭੀੜ ਸੀ ਸਾਡੇ ਤੋਂ ਇੱਥੇ ਸ਼ੂਟ ਨਹੀਂ ਕੀਤੀ ਗਈ ਵੀਡੀਓ ਪਰ ਅਸੀਂ ਇੱਥੋਂ ਆਪਦਾ ਖਾਦਾ ਪੀਤਾ ਉਤੋਂ ਫਿਰ ਅਸੀਂ ਬਾਹਰ ਨਿਕਲੇ ਤਾਂ ਇਸੇ ਤਰ੍ਹਾਂ ਹੁਣ ਅਸੀਂ ਆ ਪਹੁੰਚ ਗਏ ਜੀ ਨੇੜੇ ਮੇਨ ਜਿਹੜਾ ਸੈਂਟਰਮ ਆ ਉਹਦੇ ਨੇੜੇ ਤੇੜੇ ਤੇ ਇੱਥੇ ਅਸੀਂ ਦੇਖ ਰਹੇ ਸੀ ਬਹੁਤ ਹੀ ਸੋਹਣਾ 뷰 ਸੀਗਾ ਸਾਹਮਣੇ ਤੁਸੀਂ ਦੇਖੋਗੇ ਜਿੱਦਾਂ ਆਮ ਲਾਈਟਿੰਗ ਵਗੈਰਾ ਲੱਗੀ ਹੋਈ ਆ ਐਡਵਰਟਾਈਜ਼ਮੈਂਟ ਵਾਸਤੇ ਮੇਨ ਮਨ ਲੱਗਦਾ ਇਹੀ ਇੱਥੋਂ ਦੀ ਸਿਟੀ ਦਾ ਬਿਊਟੀ ਆ ਕਾਫੀ ਇੱਥੋਂ ਦੀ ਤੇ ਅਸੀਂ ਇੱਥੇ ਦੇਖ ਰਹੇ ਸੀ 2-3 ਮਿੰਟ ਖੜੇ ਸਾਨੂੰ ਬਹੁਤ ਵਧੀਆ ਲੱਗ ਰਿਹਾ ਸੀਗਾ ਕਿ ਬਾਕੀ ਬਹੁਤ ਸੋਹਣਾ ਸਟਾਕ ਹੋਮ ਹੈਗਾ ਕਿਉਂਕਿ 스웨ਡਨ ਦਾ ਮੇਨ ਕੈਪੀਟਲ ਹੈ ਤਾਂ ਇਸੇ ਤਰ੍ਹਾਂ ਅਸੀਂ ਅੱਗੋਂ ਕ੍ਰਾਸ ਕਰਕੇ ਰੋਡ ਅੱਗੇ ਲੰਘੇ ਇੱਥੋਂ ਅੱਗੇ ਲੰਘਦੇ ਲੰਘਦੇ ਫਿਰ ਸਾਡੇ ਨਾਲ ਦੇ ਜੋ ਸੀ ਬੰਦੇ ਇਹ ਕਹਿੰਦੇ ਵੀ ਆਪਾਂ ਕੁਝ ਹੁਣ ਸ਼ਾਪਿੰਗ ਕਰ ਲਈਏ ਜਾਂ ਆਪਾਂ ਸ਼ਾਪਿੰਗ ਸਾਈਡ ਨੂੰ ਚਾਹੀਏ ਤੇ ਅੱਗੇ ਅਸੀਂ ਜਦੋਂ ਗਏ ਅੱਗੇ ਦੇਖ ਰਹੇ ਸੀ ਵੀ ਸਾਨੂੰ ਪਹਿਲਾਂ ਪਤਾ ਨਹੀਂ ਸੀਗਾ ਵੀ ਇਧਰਲੀ ਸਾਈਡ ਕੋਈ ਸ਼ਾਪਿੰਗ ਵਾਲਾ ਸਿਸਟਮ ਵੀ ਹੈਗਾ ਤੇ ਫਿਰ ਅਸੀਂ ਦੇਖਿਆ ਕਿ ਇੱਥੇ ਨਾ ਸਾਨੂੰ ਕਾਫੀ ਸ਼ੋਅਰੂਮ ਜੇ ਦਿਖ ਰਹੇ ਸੀ ਜਿਹਦਾ ਸਾਹਮਣੇ ਤੁਸੀਂ ਦੇਖੋਗੇ ਆਈਡਿਡਸ ਦਾ ਸੀਗਾ ਫਿਰ ਅੱਗੇ ਫਿਰ ਮੈਕਸ ਆ ਗਿਆ ਤਾਂ ਇੱਥੇ ਕਾਫੀ ਸਾਨੂੰ ਐ ਦੁਕਾਨਾਂ ਜੀਆਂ ਦਿਸੀਆਂ ਫਿਰ ਸਾਨੂੰ ਇੱਥੋਂ ਲੱਗਿਆ ਕਿ ਸਾਨੂੰ ਅੱਗੇ ਜਾਣਾ ਚਾਹੀਦਾ ਕਿਉਂਕਿ ਇਧਰੋਂ ਕਾਫੀ ਲੋਕ ਜਾ ਰਹੇ ਸੀਗੇ ਤੇ ਬਾਅਦ 'ਚ ਅਸੀਂ ਇੱਥੋਂ ਨਾਲ ਹੀ ਐਸਪ੍ਰੈਸੋ ਕਾਫੀ ਸੀ ਪਰ ਅਸੀਂ ਉੱਥੋਂ ਕਾਫੀ ਵਗੈਰਾ ਪੀਤੀ ਤੇ ਫਿਰ ਅਸੀਂ ਉਥੋਂ ਗਾਹ ਨਿਕਲੇ ਫਿਰ ਅੱਗੇ ਸਾਨੂੰ ਦਿਸਣ ਲੱਗ ਪਿਆ ਜਿਵੇਂ ਕਹਿੰਦੇ ਹੁੰਦੇ ਨਾ ਜਦੋਂ ਕਿਹੜੀ ਜਿਹੜੀ ਛੜਕ ਤੇ ਜਾਈਗੇ ਜਿਹੋਨੀਆਂ ਚੀਜ਼ਾਂ ਅੱਗੇ ਆਉਣ ਲੱਗ ਪੈਣ ਤੇ ਸਾਨੂੰ ਪਤਾ ਲੱਗਣ ਲੱਗ ਪੈਂਦਾ ਵੀ ਇਧਰ ਕਿਹੜੀ ਚੀਜ਼ ਥੋਨੂੰ ਦਿਸ ਰਹੀ ਹੈ ਜਾਂ ਕਿਹੜੀ ਇਹ ਅੱਗੇ ਥੋਨੂੰ ਕੋਈ ਚੀਜ਼ ਮਿਲਣ ਜਾ ਰਹੀ ਹੈ ਬਾਕੀ ਤੁਸੀਂ ਦੇਖ ਸਕਦੇ ਹੋ ਜਿੱਦਾਂ ਅੱਜ ਬਹੁਤ ਲੋਕ ਸੀ ਆਏ ਹੋਏ ਤੇ ਮੋਸਟਲੀ ਅੱਗੇ ਪਿੱਛੋਂ ਵੀ ਆਏ ਦਾ ਬੋਏ ਨਹੀਂ ਹੁੰਦੇ ਪਾਣੇ ਪਬਲਿਕ ਬਟ ਅੱਜ ਬਹੁਤ ਜ਼ਿਆਦਾ ਪਬਲਿਕ ਸੀ ਤੇ ਬਹੁਤ ਵਧੀਆ ਵਿਊ ਸੀ ਐਂ ਤੁਸੀਂ ਦੇਖ ਸਕਦੇ ਹੋ ਸਾਹਮਣੇ ਦੇਖੋ ਆ ਬਹੁਤ ਵਧੀਆ ਪਲੇਸ ਆ ਤੁਸੀਂ ਇੱਥੇ ਵੀ ਆ ਸਕਦੇ ਹੋ ਗਮਨ ਮੈਂ ਆਪਣੇ ਟੀ সেন্টਰਲ ਦੇ ਵਿੱਚ ਬੈ ਜਾਂਦਾ ਆਪਣੇ ਤੇ ਸਟਾਕ ਆਉਂਦਾ ਮੇਨ ਸਿਟੀ ਜਿਹੜੀ ਉਹਦੇ ਵਿੱਚ ਸੈਂਟਰ ਆ ਮੇਨੇ ਆ ਵੇਖੋ ਬਰਫ ਦੀਆਂ ਡੇਰੀਆਂ ਲੱਗੀਆਂ ਥੋੜੇ ਦਿਨ ਪਹਿਲਾਂ ਤੇ ਬਹੁਤ ਬਰਫ ਸੀ ਪੂਰਾ ਸਨੋਨਾ ਟੱਗੇ ਹੋਈ ਰੋਡ ਤੁਰਮ ਚ ਵੀ ਇੰਨੀ ਪ੍ਰੋਬਲਮ ਆਉਂਦੀ ਸੀ ਨਾ ਬਟ ਇਸ ਟਾਈਮ ਆ ਤੁਸੀਂ ਦੇਖ ਸਕਦੇ ਹੋ ਬਿਲਕੁਲ ਰੋਡ ਸਾਫ ਹੋ ਚੁੱਕਿਆ ਕਿਤੇ ਕਿਤੇ ਆ ਆ ਮੇਨ ਗਲੀ ਉਧਰ ਜਾ ਰਹੀ ਆ ਜਿੱਧਰ ਜ਼ਿਆਦਾਤਰ ਆਪਣੀ ਸ਼ਾਪਿੰਗ ਸੈਂਟਰ ਆ ਨਾਲ ਇਧਰ ਰੈਸਟੋਰੈਂਟ ਵੀ ਆ ਤੁਸੀਂ ਇੱਥੇ ਖਾ ਵੀ ਸਕਦੇ ਹੋ ਆਪਣਾ ਅਨ ਮੋਸਟਲੀ ਤੁਸੀਂ ਦੇਖ ਸਕਦੇ ਹੋ ਲੋਕ ਨਾ ਇੱਧਰ ਇਹ ਜ਼ਿਆਦਾਤਰ ਟੂਰਿਸਟ ਪਲੇਸ ਆ ਇੱਥੇ ਬਹੁਤ ਸੋਹਣਾ 뷰 ਆ ਤੁਸੀਂ ਅੱਗੇ-ਅੱਗੇ ਦੇਖੋ ਤੁਹਾਨੂੰ ਆਪਣੇ ਆਪ ਦਿਖਦਾ ਜਾਣਾ ਬਹੁਤ ਨਾਈਸ ਪਲੇਸ ਆ ਅੱਗੇ ਆਪਣਾ ਪਾਰਲੀਮੈਂਟ ਵੀ ਆ ਇੱਥੇ ਉਹਦੇ ਵਿੱਚ ਜਿੱਦਾਂ ਆਪਣੇ ਇੰਡੀਅਨ ਪਾਰਲੀਮੈਂਟ ਹੁੰਦਾ ਸੇਮ ਲਾਈਕ 댓 ਜ਼ਿਆਦਾ ਜਿਵੇਂ ਉਹ ਲੋਕ ਬਹੁਤ ਸਾਰੇ ਇੱਥੇ ਆ ਰਹੇ ਆ ਅਸੀਂ ਇੱਥੇ 2 ਮਿੰਟ ਲਈ ਖੜੇ ਅਸੀਂ ਸੋਚਿਆ ਵੀ ਹੁਣ ਦੇਖੋ ਇੱਥੇ ਆਪਾਂ ਕਿਹੜੀ ਕਿੱਥੋਂ ਸ਼ਾਪਿੰਗ ਕਰੀਏ ਬਾਅਦ ਵਿੱਚ ਕਿਉਂਕਿ ਸਾਨੂੰ ਇੱਥੋਂ ਬਾਰੇ ਬੜੀ ਨੌਲੇਜ ਨਹੀਂ ਸੀਗੀ ਪਰ ਜਦੋਂ ਅਸੀਂ ਇੱਥੇ ਬੈਠੇ ਰਹੇ ਕਾਫੀ ਲੋਕਾਂ ਨੂੰ ਦੇਖਦੇ ਰਹੇ ਤਾਂ ਲੋਕ ਕਾਫੀ ਜ਼ਿਆਦਾ ਨਾ ਇੱਥੇ ਇੰਜੋਏ ਕਰ ਰਹੇ ਸੀ ਸਾਨੂੰ ਲੱਗ ਰਿਹਾ ਸੀ ਯਾਰ ਵੀ ਸ਼ਾਇਦ ਇੱਥੇ ਸਾਰੇ ਲੋਕ ਸ਼ੋਪਿੰਗ ਕਰਨ ਹੀ ਆਏ ਆ ਪਰ ਬਾਅਦ ਵਿੱਚ ਜਦੋਂ ਅਸੀਂ ਦੇਖਿਆ ਵੀ ਕੁਝ ਲੋਕ ਘੁੰਮਣ ਵੀ ਆਉਂਦੇ ਆ ਤਾਂ ਇਸੇ ਤਰ੍ਹਾਂ ਸਾਰੇ ਲੋਕ ਜਿੱਦਾਂ ਜਾ ਰਹੇ ਸੀ ਆ ਰਹੇ ਸੀ ਤੇ ਫਿਰ ਅਸੀਂ ਇੱਥੇ ਅੱਗੇ ਪਹੁੰਚੇ ਆ ਮੇਨ ਅਸੀਂ ਪਹੁੰਚ ਗਏ ਟੀ ਸੈਂਟਰਲ ਦੇ ਕੋਲੇ ਨੀਅਰ ਤੇ ਇਹ ਹੈਗੀਆਂ ਉੱਥੋਂ ਦੀਆਂ ਰੈੱਡ ਲਾਈਟਾਂ ਰੈੱਡ ਲਾਈਟਾਂ ਕ੍ਰੋਸ ਕੀਤੀਆਂ ਤੁਸੀਂ ਦੇਖੋਗੇ ਬਹੁਤ ਹੀ ਜ਼ਿਆਦਾ ਕਰਾਊਡ ਸੀ ਇੱਥੇ ਅੱਜ ਜਦੋਂ ਅਸੀਂ ਅੱਗੇ ਨਿਕਲੇ ਸਾਨੂੰ ਆਇਆ ਲੱਗਿਆ ਵੀ ਇੱਥੇ ਕੋਈ ਅੱਜ ਫੰਕਸ਼ਨ ਚੱਲ ਰਿਹਾ ਹੈ ਨਾ ਤੇ ਥੋੜਾ ਜਿਹਾ ਜਦੋਂ ਅਸੀਂ ਅੱਗੇ ਵੇਖਿਆ ਸਾਨੂੰ ਦਿਖਾਉਣੇ ਆ ਕਿ ਇੰਨਾ ਜਿਆਦਾ ਕਰਾਊਡ ਸੀ ਕਿ ਉੱਥੇ ਸਾਨੂੰ ਆਪਦੇ ਆਪ ਨੂੰ ਵੀਡੀਓ ਬਣਾਉਣ ਦੇ ਵਿੱਚ ਵੀ ਬਹੁਤ ਪ੍ਰੋਬਲਮ ਆ ਰਹੀ ਸੀ ਸਾਡੇ ਨਾਲ ਅਸੀਂ ਜਿਵੇਂ ਵੀ ਗਏ ਅਸੀਂ ਸੋਚਿਆ ਵੀ ਅੱਜ ਕੋਈ ਵੀਡੀਓ ਵੀਡੀਓ ਬਣਾਉਣੇ ਆ ਤੁਸੀਂ ਦੇਖੋ ਵੀਡੀਓ ਬਣਾਉਣ ਨੂੰ ਜਗ੍ਹਾ ਹੀ ਨਹੀਂ ਸੀ ਵੀ ਇੰਨੇ ਜਿਆਦਾ ਲੋਕ ਸੀ ਅੱਜ ਤਾਂ ਇਸੇ ਤਰ੍ਹਾਂ ਅਸੀਂ ਕਾਫੀ ਥੱਕ ਗਏ ਫਿਰ ਅਸੀਂ ਸੋਚਿਆ ਯਾਰ ਵੀ ਅੱਜ ਬਹੁਤ ਜਿਆਦਾ ਪਬਲਿਕ ਦੇਖੋ ਇਹ ਯੂਕਰੇਨ ਵਾਲਿਆਂ ਦਾ ਕੋਈ ਪ੍ਰੋਟੈਸਟ ਚੱਲ ਰਿਹਾ ਸੀ ਕਿਉਂਕਿ ਤੁਹਾਨੂੰ ਪਤਾ ਜੋ ਉੱਥੋਂ ਦੇ ਹਾਲਾਤ ਹਨ ਉਹਨਾਂ ਦੇ ਹਿਸਾਬ ਨਾਲ ਕਿਉਂਕਿ ਇਹ ਜੋ ਸਵੀਡਨ ਕੰਟਰੀ ਹੈ ਇੱਥੇ ਹਰ ਇੱਕ ਬੰਦੇ ਨੂੰ ਫ੍ਰੀडम ਹੈ ਆਪਦੇ ਹਿਸਾਬ ਨਾਲ ਤੁਸੀਂ ਆਪ ਦਾ ਜੁਆਇਸ ਸਕਦੇ ਆ ਪੀਸਫੁਲ ਆਪ ਦਾ ਪ੍ਰੋਟੈਸਟ ਕਰ ਸਕਦੇ ਹੋ ਦੇਖੋ ਕਿਦਾਂ ਪੁਲਿਸ ਖੜੀ ਹੈ ਇਹਨਾਂ ਦੀ ਰਾਖੀ ਵਾਸਤੇ ਕਿ ਸਿਰਫ ਪੀਸਫੁਲ ਇਹ ਕੁਝ ਵੀ ਕਰ ਸਕਦੇ ਆ ਪਰ ਇੱਥੇ ਕੋਈ ਵੀ ਸ਼ੋਰ ਸ਼ਰਾਬਾ ਨਹੀਂ ਇਹਨਾਂ ਨੇ ਕੀਤਾ ਜਿੱਦਾਂ ਐਦਾ ਲੱਗ ਰਿਹਾ ਸੀਗਾ ਜਿਵੇਂ ਕੋਈ ਇੱਥੇ ਮੇਲਾ ਲੱਗਿਆ ਹੋਵੇ ਹਨ ਤਾਂ ਇਸੇ ਤਰ੍ਹਾਂ ਅਸੀਂ ਇੰਜੋਏ ਕਰਦੇ ਕਰਦੇ ਬਾਅਦ ਵਿੱਚ